ਸਤਿ ਸ਼੍ਰੀ ਅਕਾਲ ਜੀ, ਮੈਂ ਪਵਨ ਜੌਹਲ। ਥੈਂਕ ਯੂ ਸਾਰਿਆਂ ਦਾ ਸਭ ਤੋਂ ਪਹਿਲਾਂ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਰੇ, ਕਿਉਂਕਿ ਇਹ ਜਿਹੜਾ ਜ਼ੋਨਰ ਆ, ਇਹਦੀ ਜਿਹੜੀ ਆਡੀਅੰਸ ਹੁੰਦੀ ਆ ਉਹ ਬਹੁਤ ਥੋੜ੍ਹੀ ਹੁੰਦੀ ਆ, ਅਤੇ ਮੇਰੀਆਂ ਪੋਇਮਸ, ਮੇਰੇ ਸ਼ਬਦਾਂ ਨੂੰ ਤੁਸੀਂ ਬਹੁਤ ਸਰਾਇਆ, ਉਹਦੇ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ। ਅਤੇ ਮੇਰੀਆਂ ਬਹੁਤ ਪਹਿਲਾਂ ਦੀਆਂ ਪੋਇਮਸ ਵੀ ਜਿਹੜੀਆਂ ਲਿਖੀਆਂ ਪਈਆਂ ਸੀ ਤੁਹਾਡੀ ਇੰਨੀ ਹੱਲਾਸ਼ੇਰੀ ਦੇਣ ਦੇ ਨਾਲ, ਮੈਂ ਉਹ ਪੋਇਮਸ ਨੂੰ ਵੀ ਹੁਣ ਤੁਹਾਡੇ ਰੂਬਰੂ ਕਰੂੰਗੀ। ਹੌਲੀ ਹੌਲੀ ਆਪਾਂ ਸਫ਼ਰ ਨੂੰ ਅੱਗੇ ਵਧਾਵਾਂਗੇ, ਹੈ ਨਾ। ਅਤੇ ਉਸ ਤੋਂ ਪਹਿਲਾਂ ਜਿਹੜੀ ਮੇਰੀ ਅੱਜ ਦੀ ਪੋਇਮ ਆ ਉਹਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਉਹਦਾ ਜਿਹੜਾ ਟਾਈਟਲ ਹੈ ਉਹ ਹੈਗਾ ਸ਼ਿੰਗਾਰ। ਸ਼ਿੰਗਾਰ ਇਸ ਲਈ ਕਿਉਂਕਿ ਜਿਹੜਾ ਮੁਹੱਬਤ ਦਾ ਅਹਿਸਾਸ ਹੁੰਦਾ ਹੈ ਉਹ ਤੁਹਾਨੂੰ ਕੁਦਰਤ ਦੇ ਬਹੁਤ ਨੇੜੇ ਲੈ ਆਉਂਦਾ, ਅਤੇ ਜਿਹੜੀ ਕੁਦਰਤ ਹੈ ਉਹ ਤੁਹਾਡੀ ਮੁਹੱਬਤ ਨੂੰ ਕਿਵੇਂ ਵਾਧਾ ਫੁੱਲਦਾ ਕਰਦੀ ਹੈ, ਹੈ ਨਾ, ਉਸ ਚੀਜ਼ ਦੇ ਅਹਿਸਾਸ ਨੂੰ ਲੈ ਕੇ ਮੈਂ ਇਹ ਪੋਇਮ ਲਿਖੀ ਸੀ। ਸੋ ਆਪਾਂ ਚੱਲਦੇ ਹਾਂ ਪੋਇਮ ਦੇ ਵੱਲ। ਪੋਇਮ ਆ ਸ਼ਿੰਗਾਰ। ਤੇਰਾ ਵੇ ਮੁਰੀਦ ਹੋਇਆ ਦਿਲ ਇਹ ਜਦੋਂ ਦਾ, ਮੈਨੂੰ ਚੰਗਾ ਲੱਗੇ ਕਰਨਾ ਸ਼ਿੰਗਾਰ ਵੇ। ਪਰੀਆਂ ਦਾ ਦੇਸ ਜਾਪੇ ਸਾਰਾ ਹੀ ਜਹਾਨ, ਮੈਂ ਤਾਂ ਕੁਦਰਤ ਦਿੱਤੀ ਤੇਥੋਂ ਵਾਰ ਵੇ। ਸੱਤ ਰੰਗੀ ਪੀਂਗ ਦਾ ਮੈਂ ਡੋਰੀਆ ਬਣਾ ਲਿਆ, ਅਤੇ ਬੱਦਲਾਂ ਦਾ ਪਾ ਲਿਆ ਲਿਬਾਸ ਵੇ। ਕਾਲੀਆਂ ਘਟਾਵਾਂ ਸੀ ਮੈਂ ਕੇਸਾਂ ਵਿੱਚ ਗੁੰਦ ਲਈਆਂ, ਅਤੇ ਚੰਨ ਮਾਹੀ ਮੱਥੇ ਆਇਆ ਰਾਸ ਵੇ। ਕਣੀਆਂ ਤੋਂ ਬਣੇ ਕਾਂਟੇ ਕੰਨਾਂ 'ਚ ਸਜਾਵਾਂ, ਅਤੇ ਸੂਰਜ ਨੂੰ ਕੋਕੇ 'ਚ ਮੜਾਇਆ ਵੇ। ਪੌਣਾਂ ਦੀਆਂ ਮਹਿਕਾਂ ਤੋਂ ਮੈਂ ਇਤਰ ਲਵਾ ਲਿਆ, ਅਤੇ ਪਰਿੰਦਿਆਂ ਨੂੰ ਝਾਂਜਰੀ ਜੜਾਇਆ ਵੇ। ਗੋਰਾ ਰੰਗ ਚਮਕੇ ਜੋ ਬਿਜਲੀ ਆਕਾਸ਼ ਵਿੱਚ, ਅਤੇ ਪਾਣੀਆਂ ਨੂੰ ਸ਼ੀਸ਼ਾ ਮੈਂ ਬਣਾਇਆ ਵੇ। ਧਰਤੀ ਨੂੰ ਚੁੱਕ ਮੈਂ ਤਾਂ ਬੋਝੇ ਵਿੱਚ ਪਾ ਲਿਆ, ਅਤੇ ਖੁਦੀ ਵਿੱਚ ਅੰਬਰ ਰਚਾਇਆ ਵੇ। ਕਾਇਨਾਤ ਨਾਲ ਸਿੱਧੀ ਗੱਲਬਾਤ ਚੱਲੇ, ਬੋਝ ਦੁਨੀਆਦਾਰੀ ਦਾ ਮੈਂ ਮੁਕਾਇਆ ਵੇ। ਕਣ ਕਣ ਵਿੱਚੋਂ ਹੁਣ ਰੱਬ ਦਿਸ ਪੈਂਦਾ, ਕਿਉਂਕਿ ਸਾਥ ਤੇਰੀ ਰੂਹ ਜਿਹਾ ਪਾਇਆ ਵੇ। ਕਣ ਕਣ ਵਿੱਚੋਂ ਹੁਣ ਰੱਬ ਦਿਸ ਪੈਂਦਾ, ਕਿਉਂਕਿ ਸਾਥ ਤੇਰੀ ਰੂਹ ਜਿਹਾ ਪਾਇਆ ਵੇ। ਧੰਨਵਾਦ। ਹੋਪ ਤੁਹਾਨੂੰ ਅੱਜ ਦੀ ਇਹ ਪੋਇਮ ਪਸੰਦ ਆਈ ਹੋਊਗੀ। ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ, ਅਤੇ ਨਾਲ ਦੀ ਨਾਲ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਕਿਉਂਕਿ ਮੈਂ ਅੱਗੇ ਵੀ ਆਪਣੀਆਂ ਪੋਇਮਸ ਜਾਂ ਹੋਰ ਮੇਰੇ ਅੱਗੇ ਬਹੁਤ ਪਲੈਨਸ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਨਾਲ ਦੀ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਹ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਉਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨਸ ਆਉਂਦੀਆਂ ਰਹਿਣਗੀਆਂ। ਥੈਂਕ ਯੂ।